ਗੱਲਬਾਤ ਕਰਾਂਗੇ ਕੁਝ ਬੀਬੀਆਂ ਵੀ ਇੱਥੇ ਮੌਜੂਦ ਨੇ ਕਿਵੇਂ ਦੇਖਦੇ ਹੋ ਬੀਬੀਆਂ ਦੀ ਸ਼ਮੂਲੀਅਤ ਨੂੰ ਅੱਜ ਦੇ ਜਾਮ ਦੇ ਵਿੱਚ ਬੀਬੀਆਂ ਦਾ ਬਹੁਤ ਯੋਗਦਾਨ ਹੈ ਅਸੀਂ ਆਪਣੇ ਭਰਾਵਾਂ ਦੇ ਆਪਣੇ ਪੁੱਤਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸਾਨੂੰ ਕਿਸੇ ਤਰ੍ਹਾਂ ਦੀ ਕੁਰਬਾਨੀ ਜਿਹੜੇ ਮੇਰੀਆਂ ਭੈਣਾਂ ਆਈਆਂ ਬੈਠੀਆਂ ਨੇ ਅਸੀਂ ਇਹ ਅਸੀਂ ਏਕੇ ਦੀ ਗੱਲ ਕਰਦੇ ਸਾਡਾ ਏਕਾ ਬਰਕਰਾਰ ਹੈ ਅਸੀਂ ਸਭ ਏਕਾ 32 ਕਿਸਾਨ ਦੇ ਸਾਡੇ ਨੌਜਵਾਨ ਪੁੱਤਰ ਅਸੀਂ ਕਿਸੇ ਤਰ੍ਹਾਂ ਦੇ ਵੀ ਮੋਦੀ ਸਰਕਾਰ ਨਾਲ ਸਾਨੂੰ ਜੂਝਣਾ ਪਿਆ ਸੀ ਜੂਝਾਂਗੀਆਂ ਹੁਣ ਅਸੀਂ ਇਹ 24 ਘੰਟਿਆਂ ਲਈ ਰੋਡ ਬੰਦ ਕੀਤਾ ਬਾਕੀ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੀ ਕੌਲ ਦਿੱਤੀ ਹੈ ਪਾਰਲੀਮੈਂਟ ਘੇਰਨ ਦੀ ਜਿਵੇਂ ਉਹ ਸਾਨੂੰ ਦੇਣਗੇ ਅਸੀਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਮਾਰਚ ਕਰਨ ਦੀ ਕੌਲ ਦਿੱਤੀ ਗਈ ਹੈ ਪਾਰਲੀਮੈਂਟ ਦੇ ਵੱਲ ਕਿ ਪਰ ਹਜੇ ਤਰੀਕ ਤੈਅ ਨਹੀਂ ਕੀਤੀ ਗਈ ਮਾਰਚ ਦੀ ਕੌਲ ਦਿੱਤੀ ਗਈ ਹੈ ਉਹ ਜਿਵੇਂ ਸਾਡੇ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਚੱਲੇ ਨੇ ਉਹਨਾਂ ਨੇ ਦੇਖੋ ਕਿੰਨਾ ਸੋਹਣਾ ਖਟਖੜ ਕਲਾ ਭਗਤ ਸਿੰਘ ਦੀ ਰੈਲੀ ਉੱਤੇ ਸ਼ਰਧਾਂਜਲੀ ਤੇ ਉਹਨਾਂ ਨੇ ਬਹੁਤ ਸੋਹਣਾ ਏਕਾ ਕੀਤਾ ਹੈ ਸਭ ਨੂੰ ਇਕੱਠੇ ਕੀਤਾ ਹੈ ਪਰ ਮੈਨੂੰ ਬਹੁਤ ਖੁਸ਼ੀ ਹੋਈ ਹੁਣ ਅਸੀਂ ਏਕਾ ਹੁਣ ਅਸੀਂ ਮੋਦੀ ਸਰਕਾਰ ਨੂੰ ਝੁਕਾ ਸਕਦੇ ਹਾਂ ਏਕੇ ਦੇ ਵਿੱਚ ਸਾਡੀ ਜਿੱਤ ਹੈ ਅਸੀਂ ਏਕੇ ਨਾਲ ਜਿੱਤ ਸਕਦੇ ਹਾਂ ਲੱਖੇ ਦੇ ਆਉਣ ਨਾਲ ਬਲ ਮਿਲ ਦੀ ਗੱਲ ਆਖੀ ਗਈ ਹੈ ਕਿ ਬਹੁਤ ਬਲ ਮਿਲਿਆ ਕਿਸਾਨ ਆਗੂ ਵੀ ਕਹਿ ਰਹੇ ਨੇ ਕਿ ਲੱਖੇ ਦੇ ਆਉਣ ਨਾਲ ਕਾਫੀ ਬਲ ਮਿਲਿਆ ਅੰਦੋਲਨ ਨੂੰ ਹਾਂਜੀ ਲੱਖੇ ਦੇ ਆਉਣ ਨਾਲ ਬਹੁਤ ਬਲ ਮਿਲਿਆ ਬਾਕੀ ਮੇਰੇ ਪੁੱਤਰ ਦੀਪ ਸਿੱਧੂ ਵੀ ਆ ਜਾਏਗਾ ਉਹਨਾਂ ਤੇ ਵੀ ਸਿਰ ਤੇ ਹੱਥ ਰੱਖਣਗੇ ਮੈਨੂੰ ਉਮੀਦ ਹੈ ਕਿ ਮੇਰੇ ਬੱਚੇ ਨੇ ਮੇਰਾ ਪੁੱਤਰ ਨਹੀਂ ਹੈਗਾ ਪਰ ਮੈਂ ਹੁਣ ਇਹਨਾਂ ਨੂੰ ਪੰਜਾਬ ਦੇ ਮੇਰੇ ਭਾਰਤ ਦੇ ਮੈਂ ਪੁੱਤਰ ਮੰਨਦੀ ਹਾਂ ਬਹੁਤ ਸੋਹਣਾ ਸਾਨੂੰ ਕਾਲ ਆਈ ਹੈ ਕਿ ਉਹ ਮੇਰੇ ਪੁੱਤਰਾਂ ਨੇ ਖਟਖੜ ਕਲਾਂ ਉਹਨਾਂ ਨੂੰ ਨਾ ਲਿਆ ਮਤਲਬ ਜੋ ਵੀ ਜਥੇਬੰਦੀਆਂ ਕੋਈ ਗਿਲਾ ਸਿਕਵੇ ਉਹ ਦੂਰ ਕਰੇ ਅਸੀਂ ਨੇ ਸਾਰੇ ਸੂਝਵਾਨ ਨੇ ਸਾਡੇ ਜਥੇਬੰਦੀਆਂ ਵੀ ਸਾਰਾ ਇੱਕ ਹੈ ਬਹੁਤ ਬਲ ਮਿਲਿਆ ਜੀ ਸਾਨੂੰ ਕਿ ਨੌਜਵਾਨ ਜਿਹੜਾ ਯੂਥ ਹੈ ਉਹ ਆਪਣਾ ਨੌਜਵਾਨਾਂ ਦੇ ਨਾਲ ਹੀ ਚੱਲਦਾ ਹਮੇਸ਼ਾ ਤੇ ਆਪਣੇ ਬਜ਼ੁਰਗਾਂ ਦੀ ਵੀ ਉਹ ਜੋਸ਼ ਦੇ ਤੇ ਹੋਸ਼ ਦੇ ਨਾਲ ਦੋਨੋਂ ਚੱਲਦੇ ਆ ਤੁਹਾਡਾ ਜਿਹੜਾ ਬੇਟਾ ਆ ਉਹ ਅੰਦੋਲਨ ਦੇ ਵਿੱਚ ਸ਼ਹੀਦ ਹੋ ਜਾਂਦਾ ਆ ਤੇ ਤੁਸੀਂ ਫੇਰ ਇੱਥੇ ਆ ਕੇ ਡਟੇ ਹੋਏ ਹੋ ਨਹੀਂ ਮੇਰਾ ਬੇਟਾ ਜਿਹੜਾ ਇਹ ਉਹ ਕਰੋਨਾ ਕਰਕੇ ਸਰਕਾਰ ਨੇ ਮਾਰਤਾ ਸੀ ਜਦ ਕਿ ਉਹਨੂੰ ਕਰੋਨਾ ਨਹੀਂ ਸੀ ਉਹਦੀ ਉਹਨੂੰ ਸ਼ਹੀਦ ਕੀਤਾ ਗਿਆ ਉਹ 4 ਅਗਸਤ ਨੂੰ ਕਰੋਨਾ ਕਾਲ ਦੇ ਜਦੋਂ ਇਹਨਾਂ ਨੇ ਕਾਨੂੰਨ ਤਿਆਰ ਕਰੇ ਨੇ ਉਦੋਂ ਇਹਨਾਂ ਨੇ ਕਰੋਨਾ ਲਿਆ ਜਦ ਮੈਂ ਮੇਰੇ ਬੇਟਾ 26 ਸਾਲ ਦਾ ਸੀ 50 ਸਾਲ ਦੀ ਹਾਂ ਜੇ ਮੇਰੇ ਬੇਟੇ ਨੂੰ ਕਰੋਨਾ ਫਿਰ ਮੈਨੂੰ ਵੀ ਹੋ ਸਕਦਾ ਮੈਂ ਤੁਹਾਡੇ ਸਾਹਮਣੇ ਕਿਹੜੀ ਕੋਈ ਦਵਾਈ ਨਹੀਂ ਉਹਨੂੰ ਕੋਈ ਕਰੋਨਾ ਰਿਪੋਰਟਾਂ ਨੈਗੇਟਿਵ ਆਈਆਂ ਨੇ ਉਹਨਾਂ ਨੇ ਮੇਰੇ ਬੇਟੇ ਦਾ ਕਤਲ ਕੀਤਾ ਪਰ ਫਿਰ ਮੈਂ ਆਪਣੇ ਘਰੇ ਬਹੁਤ ਉਦਾਸ ਸੀ ਫਿਰ ਮੈਨੂੰ ਦੇਖਿਆ ਵੀ ਨਹੀਂ ਹੁਣ ਮੇਰਾ ਇਹ ਸਰਕਾਰਾਂ ਨਾਲ ਟੱਕਰ ਲੈਣ ਦਾ ਬਦਲਾ ਲੈਣ ਦਾ ਮੈਨੂੰ ਮੌਕਾ ਮਿਲਿਆ ਮੈਂ ਇੱਕ ਜ਼ਖਮੀ ਸ਼ੇਰਨੀ ਮਾਂ ਪਰ ਇੱਥੇ ਮੈਂ ਸਰਕਾਰ ਨੂੰ ਕਹਿਣਾ ਚਾਹੁੰਦੀ ਹਾਂ ਵੀ ਅਸੀਂ ਡਰਨ ਵਾਲੀਆਂ ਨਹੀਂ ਤੂੰ ਸਾਡੇ ਨਾਲ ਜੋ ਮਰਜ਼ੀ ਕਰ ਲੈ ਹੁਣ ਵੀ ਸਾਡੀਆਂ 315 ਸੀਟੀਆਂ ਹੋ ਗਈਆਂ ਨੇ ਸਰਕਾਰ ਨੂੰ ਬਿਲਕੁਲ ਵੀ ਪਰਵਾਹ ਨਹੀਂ ਹੈਗੀ ਵੀ ਇੱਥੇ ਕੀ ਹੋ ਰਿਹਾ ਨਾ ਕੇ ਸੁਣ ਗੋਲੀ ਮਾਰ ਦੇਗੀ ਜਾਂ ਮੈਨੂੰ ਅੰਦਰ ਕਰ ਦੇਗੀ ਜਦ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਮੈਂ ਇਸ ਧਰਨੇ ਤੋਂ ਤੁਹਾਡਾ ਬੇਟਾ ਇਹਨਾਂ ਸਰਕਾਰ ਦੀ ਗਲਤ ਨੀਤੀਆਂ ਨੇ ਖਾ ਲਿਆ ਪਰ ਮੰਨਦੇ ਹੋ ਕਿ ਸਾਰੇ ਤੁਹਾਡੇ ਨੌਜਵਾਨ ਇਹ ਵੀ ਤੁਹਾਡੇ ਬੇਟਿਆਂ ਵਰਗੇ ਨੇ ਪੁੱਤਰ ਹਾਂਜੀ ਹੁਣ ਮੈਂ ਇਹਨਾਂ ਕਰਕੇ ਆਈ ਹਾਂ ਮੇਰਾ ਤਾਂ ਕੁਝ ਨਹੀਂ ਮੈਂ ਸੋਚਿਆ ਵੀ ਚਲੋ ਮੈਂ ਆਪਣੇ ਪੁੱਤਰਾਂ ਲਈ ਕੁਝ ਕਰ ਲਾਂ ਮੈਂ ਆਪਣੇ ਭਰਾਵਾਂ ਨੂੰ ਆਪਣੇ ਪੁੱਤਰਾਂ ਨੂੰ ਬਚਾਵਾਂ ਮੈਂ ਤਾਂ ਬਚਾਉਣ ਵਾਸਤੇ ਆਈ ਹਾਂ ਕਿ ਸਾਡਾ ਆਉਣ ਵਾਲਾ ਸਮਾਂ ਸਾਡਾ ਬਹੁਤ ਮਾੜਾ ਆ ਜਾਏਗਾ ਜੇ ਕਾਨੂੰਨ ਲਾਗੂ ਹੋ ਗਏ ਸਾਡੇ ਤੇ ਤੁਸੀਂ ਵੇਖ ਲਓ ਇਹਨਾਂ ਨੇ ਵੀ ਨੌਜਵਾਨਾਂ ਨੂੰ ਉੱਥੇ ਐਮਐਸਸੀ ਨੇ ਕਹਿੰਦੇ ਐਮਐਸਸੀ ਵੀ ਹੈ ਹੁਣ ਲੈ ਲਓ ਵੀ ਬਿਹਾਰ ਦੇ ਵਿੱਚੋਂ ਇਹ ਟਰੱਕ ਕਣਕ ਦੇ ਲਿਆ ਰਹੇ ਨੇ ਤੇ ਇੱਥੇ ਵੇਚ ਰਹੇ ਨੇ ਇਹ ਕਹਿੰਦੇ ਨੇ ਉੱਥੇ ਪਰ ਉਹ ਕਿੱਥੇ ਰਹੇ ਨੇ ਤੁਹਾਡੇ ਸਾਹਮਣੇ 2 ਦਿਨਾਂ ਦੇ ਵਿੱਚ ਸਾਹਮਣੇ ਆ ਗਿਆ ਪਰ ਸਰਕਾਰਾਂ ਟਸ ਤੋਂ ਮੈਸ ਨਹੀਂ ਰਹੇ ਪਰ ਅਸੀਂ ਵੀ ਕਹਿੰਦੇ ਵੀ ਅਸੀਂ ਝੁਕਾ ਕੇ ਜਾਵਾਂਗੇ ਅਸੀਂ ਕਿਸਾਨ ਆ ਮਜ਼ਦੂਰ ਆ ਅਸੀਂ ਕੋਈ ਹੋਰ ਨਹੀਂ ਅਸੀਂ ਸੜਕਾਂ ਤੇ ਬੈਠੇ ਰੋਲਰ ਮੇਰੀ ਮੋਦੀ ਨੂੰ ਅਪੀਲ ਹੀ ਆ ਮੈਂ ਬੇਨਤੀ ਕਰਦੀ ਹਾਂ ਵੀ ਤੁਸੀਂ ਇਹ ਚੀਜ਼ ਨੂੰ ਤੁਸੀਂ ਰਾਜਾ ਤੁਹਾਡੀ ਪਰਚਾ ਜੇ ਦੁਖੀ ਹੈ ਫਿਰ ਤੁਹਾਡਾ ਰਾਜ ਕਰਨ ਦਾ ਕੋਈ ਫਾਇਦਾ ਨਹੀਂ ਇਹ ਪਰਚਾ ਨਹੀਂ ਤੁਹਾਨੂੰ ਵੋਟ ਦੇ ਕੇ ਤੁਹਾਨੂੰ ਕੁਰਸੀ ਤੇ ਬਿਠਾਇਆ ਇਹ 2022 ਦੇ ਵਿੱਚ ਅਗਰ ਤੁਸੀਂ ਨਾ ਮੰਨੇ ਸੀ ਉਦੋਂ ਤੱਕ ਬੈਠਣ ਦੇ ਧਰਨੇ ਲਾਵਾਂਗੇ ਪਰ ਅਸੀਂ ਸਰਕਾਰ ਫਿਰ ਡਿੱਗਦੇ ਕਿ ਫਿਰ ਆਉਣ ਵਾਲੇ ਸਮੇਂ 'ਚ ਹੋਰ ਸਰਕਾਰ ਚੁਣਾਂਗੇ ਪਰ ਸਾਨੂੰ ਤਾਂ ਇੱਥੇ ਹੁਣ ਇਹ ਪਾਰਲੀਮੈਂਟ ਦੇ ਵਿੱਚ ਕੋਈ ਦਿਖਦਾ ਨਹੀਂ ਹੈਗਾ ਕੋਈ ਮੰਨਣ ਵਾਲਾ ਹੈ ਪਰ ਅਸੀਂ ਕਹਿੰਦੇ ਵੀ ਅਸੀਂ ਮਨਾ ਕੇ ਜਾਵਾਂਗੇ ਤੁਹਾਡੀ ਜਿਹੜੀ ਕੁਰਬਾਨੀ ਆ ਬਹੁਤ ਵੱਡੀ ਹੈ ਇਸ ਅੰਦੋਲਨ ਦੇ ਵਿੱਚ ਇੰਨਾ ਕੁਝ ਸਹਿਣ ਦੇ ਬਾਵਜੂਦ ਤੁਸੀਂ ਇਸ ਅੰਦੋਲਨ ਦੇ ਵਿੱਚ ਡਟੇ ਹੋਏ ਹੋ ਇਹ ਤਾਕਤ ਇਹ ਬਲ ਤੁਹਾਨੂੰ ਕਿੱਥੋਂ ਮਿਲਦਾ ਹੈ ਇਹ ਮੇਰੇ ਪੁੱਤਰ ਦੀ ਰੂਹ ਨੇ ਤੇ ਮੇਰੇ ਪਤੀ ਜੇ ਮੇਰਾ ਪਤੀ ਹੁੰਦਾ ਜੇ ਮੇਰਾ ਬੇਟਾ ਹੁੰਦਾ ਮੈਨੂੰ ਐਸੀ ਵੀ ਉਹ ਹੁੰਦਾ ਇੱਥੇ ਚਲੋ ਜਿਵੇਂ ਹੁਣ ਬੀਬੀਆਂ ਵੀ ਆਈਆਂ ਨੇ ਫਿਰ ਮੈਂ ਵੀ ਆਉਂਦੀ ਪਰ ਮੇਰੇ ਘਰ 'ਚ ਕੋਈ ਮਰਦ ਤਾਂ ਹੈ ਨਹੀਂ ਮੇਰਾ ਘਰ ਖਾਲੀ ਹੈ ਮੈਂ ਪੁੱਤ ਦੀ ਰੂਹ ਨੇ ਮੈਨੂੰ ਹੁਕਮਾ ਦਿੱਤਾ ਵੀ ਤੂੰ ਹੁਕਮਾ ਚੱਲ ਹੁਣ ਮੈਂ ਤਾਂ ਇਸ ਦੁਨੀਆ ਤੋਂ ਚੱਲ ਗਿਆ ਮੈਨੂੰ ਸਰਕਾਰਾਂ ਨੇ ਮਾਰ ਦਿੱਤਾ ਕਤਲ ਕਰਤਾ ਪਰ ਹੁਣ ਤੇਰੇ ਉਹ ਵੀ ਪੁੱਤ ਨੇ ਪਰ ਹੁਣ ਮੈਨੂੰ ਇੱਕ ਦੀ ਬਜਾਏ ਮੈਨੂੰ ਮੇਰਾ ਪੁੱਤ ਵੱਡੀ
ਜਾਨਵਰ ਗਰੇਵਾਲ ਮੰਗੀ ਬੱਗਾ ਨੰਨੀ ਗੋਪਾਲ ਟੋਨੀ ਰੁੱਕਾ ਮਨਜੋਤ ਮਾਸੂਵੜਾ ਹੋਰ ਬਹੁਤ ਵੱਡੀ ਜਿਹੜੇ ਮੇਰੇ ਸੰਤਾਨ ਹੈ ਇਹ ਮੇਰੇ ਪੁੱਤਰ ਬਣੇ ਨੇ ਰੀਆ ਦਾ खिताब दिता जाता है लगता है इस आंदोलन की माता का जो खिताब है जरूर मिलना चाहिए। देखो जो हजा तो मैं तो यही कहनी भी परमात्मा अगर अरदास कर दी कोई भी कुरबानी परमात्मा मेरी झोली पावे। मैं भगत सिंह की सोच लेके चली हाँ कि उन्हें भी देखो अपना सारा कुछ उन्होंने है ना देश बचाने वास्ते किया। मैं भी हूँ अपने देश को बचाने वास्ते भारत को बचाने वास्ते गंदे कानूनों तो मैं बचा चाहनी हाँ। जे परमात्मा ने चाहे मेरी झोली वो पाना चाहेगा ये मैं जरूर लवानगी। बाकी मेरी यही है भी मैं अपने ये कौम मतलब कौम लई देश लई मैं अपनी हर कुर्बानी देने तैयार हां। दिल किवें रोक के रखदे हो इत्थे बड़ा वड्डा जिगरा चाहिदा इत्थे इदां आउण वास्ते अपने जिगरा मन तां भरदा है पर फिर वो जिहड़ा पुत्तर दा जिहड़ा मौत दा वो जख्म है ना फिर वो मेरा मैनू जिवें फौलाद बणाउंदा है फिर मैं उहदे तों होर उतावनी आ भी मैं इहनू हरा के जावांगी। मेरे पुत मूं मैं मौत तो डर नहीं लगता मेरे मूहे मौत भावे हूँ खड़ी हो जाए मैं हूँ मौत तो डर नहीं लगता हूँ तो जो मैं कोई रब भी आके कह भी तुम कुछ चाहिए हूँ मैंने कुछ नहीं चाहिए मैं मौत चाहिए है शरीर है मेरा मिट्टी है मिट्टी च होना मिट्टी च मैं पली हाँ मिट्टी च मैं मिटना है। पर इतों हूँ भगत सिंह वर्गे वेखो किन्नी देश लई कुर्बानी की मैं उही सोच लैके चली पर मैं कुर्बानी देने तैयार। की नाम सी तुहाडे सुपुत्र दा? गुरविंदर सिंह विरक। जे पूरे हर नौजवान जिहड़ा चेहरा फिरदा है की उह च तुहानूं गुरविंदर सिंह विरक दिखदा होणगे? हाँ जी हुण मैनूं इह हर इह नहीं वी मैं उहनां दी मेरा हरेक पुत्र मैनूं उहदे च ही मैनूं दिखदा जदों मैनूं मां कहिंदे ने मैनूं मेरे मन नूं आंदा वी हाँ हुण इह मेरा पुत्र है रब ने सरकारां ने मेरा इक खोया मेरी रूह सुकून मिल जाता थोड़ा जा। बाकी हूं परमात्मा के हाथ उन्हें की चाहना की करना है। माता जी तुहाडी जिहड़ी कुरबानी है उहनूं असीं सलाम करदे हां तुहाडा बहुत बहुत धन्नवाद तुसीं अपना कीमती समां सानूं दित्ता। जिन्हें अंदोलन के अजिंह छिड़ी मावं होंदिया ने वह अंदोलन हमेशा फतेह होंगे ने बहुत वड्डी कुरबानी है साडी समां दी। गुरविंदर सिंह विरक जिहड़ा करोना काल के दौरान सरकारी नीतियां के कारण अपनी जान है जिहड़ी गवा चुकिया था अपना पुत्र गवाउण तों बाद मां इस अंदोलन के डटी हुई है इस अंदोलन के वड्डी भूमिका जिहड़ी निभा रही है। तो जेकर इस अंदोलन की मां इस बेबे नूं कहा जाए तो कोई अतकतरी नहीं होवेगी क्योंकि अजिहे जिगरे जिहड़े वह बहुत घट मिलते हैं पत्थर दिल करके बहना पैंदा आ अजिहियां कुरबानियां करन तों बाद कि पुत्र शहीद हो गया पुत्र जिहड़ा वह सरकारी जिहड़ियां गलत नीतियां ने उन्होंने खा लिया फिर भी अज इस अंदोलन का जिहड़ा हिस्सा वह बन रहे हैं।